ਅਸਲਾਮੁਅਲੈਕਮ ਦੋਸਤੋ, ਕੀ ਹਾਲ ਚਾਲ ਨੇ? ਤੁਸੀਂ ਵੇਖ ਰਹੇ ਹੋ ਮਦਰ ਹੁਸੈਨ ਟੀ ਵੀ ਅਤੇ ਮੈਂ ਤੁਹਾਡਾ ਮੇਜ਼ਬਾਨ ਮਦਰ ਹੁਸੈਨ ਜੋਈਆ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੈਂ ਰੋਜ਼ ਨਵੀਂ ਵੀਡੀਓ ਨਾਲ ਹਾਜ਼ਰ ਹੁੰਦਾ ਅਤੇ ਅੱਜ ਮੈਂ ਇੱਕ ਵੀਡੀਓ ਲੈ ਕੇ ਆਇਆ। ਇਹ ਮੇਰੇ ਭਾਈ ਨੇ, ਇੱਕ ਨੇ ਮੱਝ ਲਈ ਏ, ਉਹ ਆਪ ਇੱਥੇ ਭਾਈ ਨਹੀਂ ਆਏ ਅਤੇ ਮੱਝ ਮੈਂ ਹੀ ਲੋਡ ਕਰਵਾਈ ਹੈ ਜੀ। ਮਾਸ਼ਾਅੱਲਾ, ਲੋਕਾਂ ਨੂੰ ਮਦਰ ਹੁਸੈਨ ਟੀ ਵੀ 'ਤੇ ਇੰਨਾ ਇਤਮਾਦ ਅਤੇ ਅਲਹਮਦੁਲਿਲਾ, ਅਤੇ ਕੋਈ ਐਸੀ ਗੱਲ ਨਹੀਂ। ਇਹ ਮੱਝ ਜਨਾਬ ਜਾਣੀ ਹੈ ਆਪਣਾ ਫੈਸਲਾਬਾਦ, ਇੱਥੋਂ ਭਾਈ ਹੋਰਾਂ ਨੇ ਰਕਸ਼ਾ ਕਰਾਇਆ। ਅੱਗੇ ਜਾ ਕੇ ਇਹ ਸ਼ਾਹਜ਼ੋਰ 'ਚ ਮੱਝ ਪੈਣੀ ਹੈ ਜੀ, ਅਤੇ ਇਹ ਮੱਝ ਹੈ ਜੀ। ਫਿਰ ਮੈਂ ਮਾਲਕ ਨਾਲ ਵੀ ਗੱਲ ਕਰ ਲੈਂਦਾ ਕਿ ਪੈਸੇ ਤੈਨੂੰ ਪੂਰੇ ਮਿਲ ਗਏ ਨੇ, ਤੇਰੇ ਨਾਲ ਕੋਈ ਠੱਗੀ ਧੋਖਾ ਜਾਂ ਜਿਹੜੀ ਗੱਲ ਹੋਈ ਸੀ ਉਹ ਬਰਕਰਾਰ ਹੈ ਜਾਂ ਉਹਦੇ ਗੱਲ 'ਚ ਕੋਈ ਫਰਕ ਆਇਆ? ਕੈਮਰਾਮੈਨ ਸਾਹਿਬ ਸਦੀ ਕਰਾ ਦਿਓ ਇਸ ਮੱਝ ਦੀ। ਕੈਮਰਾਮੈਨ ਸਾਹਿਬ ਪਿੱਛੋਂ ਮੱਝ ਦਾ ਮਾਣਾ ਹੋਣਾ ਵਿਖਾ ਦਿਓ, ਨਾਲ ਬੱਚਾ ਵੀ ਵਿਖਾ ਦਿਓ। ਇਹ ਮੱਝ ਹੈ ਜੀ। ਕੈਮਰਾਮੈਨ ਸਾਹਿਬ ਸਲੀਆਂ ਕਰਾ ਦਿਓ ਇਸ ਮੱਝ ਦੀਆਂ, ਬੱਚਾ ਵੀ ਵਿਖਾ ਦਿਓ। ਇਹ ਝੋਟੀ ਹੈ ਜੀ, ਦੂਜਣ ਝੋਟੀ ਹੈ। ਆਹੋ ਭਾਈ, ਅਸਲਾਮ ਵਾਲੇਕਮ ਜੀ। ਵਾਲੇਕਮ ਸਲਾਮ, ਕੀ ਹਾਲ ਨੇ ਭਾਈ ਜੀ? ਠੀਕ ਠਾਕ ਠੀਕ ਠਾਕ ਭਾਈ ਜੀ। ਆਪਾਂ ਜਿਹੜੀ ਕੋਈ ਗੱਲ ਕੀਤੀ ਜੋ ਰੇਟ ਫਾਈਨਲ ਹੋਇਆ ਸੀ, ਹਾਂਜੀ, ਉਹਦੇ 'ਚ ਕੋਈ ਵਾਧਾ ਘਾਟਾ ਤਾਂ ਨਹੀਂ ਕੀਤਾ ਮਦਰ ਹੁਸੈਨ ਟੀਵੀ ਨੇ? ਕੋਈ ਟੋਕਾ ਪ੍ਰੋਗਰਾਮ ਤਾਂ ਨਹੀਂ ਹੋਇਆ? ਨਹੀਂ, ਕੋਈ ਨਹੀਂ ਜੀ। ਅੱਛਾ, ਨਹੀਂ ਹੋਇਆ, ਠੀਕ ਹੋ ਗਿਆ। ਤੇ ਜਿੰਨੇ ਤੁਹਾਡੇ ਪੈਸੇ ਮੁੱਕੇ ਸੀ ਉਹਨੇ ਦਿੱਤੇ ਨੇ? ਉਹਨੇ ਦਿੱਤੇ ਪੈਸੇ? ਗਿਣ ਲੈ, ਪੈਸੇ ਗਿਣ ਲੈ ਨੇ, ਖਰੇ ਨੇ ਪੈਸੇ? ਕੋਈ ਨੋਟ ਨੂੰ ਟੇਪ ਲੱਗੀ ਜਾਂ ਪਾਟਾ ਪੂਟਾ ਤਾਂ ਨਹੀਂ? ਨਹੀਂ, ਕੋਈ ਨਹੀਂ। ਠੀਕ ਹੋ, ਯਾਨੀ ਕੋਈ ਐਸੀ ਘਟਨਾ, ਕੋਈ ਵਾਧਾ ਘਾਟਾ ਨਹੀਂ ਹੋਇਆ? ਵਾਧਾ ਘਾਟਾ ਨਹੀਂ। ਠੀਕ ਹੋ ਗਿਆ। ਮੈਂ ਉਮੀਦ ਕਰਨਾ ਕਿ ਦੋਸਤਾਂ ਨੂੰ ਅੱਜ ਵਾਲੀ ਵੀਡੀਓ ਬੜੀ ਪਸੰਦ ਆਵੇਗੀ। ਅਗਲੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਨਾਲ ਹੀ ਇੱਕ ਬੈਲ ਦਾ ਬਟਨ ਹੈ ਉਹਨੂੰ ਵੀ ਦਬਾ ਦਿਓ, ਤਾਂ ਕਿ ਮੇਰੀ ਹਰ ਆਉਣ ਵਾਲੀ ਨਵੀਂ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਪਹੁੰਚ ਸਕੇ ਅਤੇ ਤੁਸੀਂ ਉਹ ਵੀਡੀਓ ਵੇਖ ਸਕੋ। ਨੰਬਰ ਮੇਰਾ 0304-79-7476, ਇਹੋ ਹੀ ਮੇਰਾ ਵਟਸਐਪ ਨੰਬਰ ਹੈ, ਇਹੋ ਹੀ ਮੇਰਾ ਰਾਬਤਾ ਨੰਬਰ ਹੈ। ਮਿਲਣੇ ਅਗਲੀ ਵੀਡੀਓ ਦੇ ਵਿੱਚ। ਪਾਕਿਸਤਾਨ ਜ਼ਿੰਦਾਬਾਦ। ਕੈਮਰਾਮੈਨ ਸਾਹਿਬ ਇੱਕ ਨਜ਼ਰ ਫਿਰ ਮੱਝ ਨੂੰ ਮਰਾ ਦਿਓ ਤਾਂ ਕਿ ਮੇਰੇ ਭਾਈਆਂ ਦੀ ਤਬੀਅਤ ਖੁਸ਼ ਹੋ ਜਾਏ। ਭਾਈ ਜੀ, ਪਰਾਲੀ ਸੱਟਣੀ ਪੈ ਗਈ। ਠੀਕ ਹੋ ਗਿਆ ਕੈਮਰਾਮੈਨ ਸਾਹਿਬ।